ਸਵਰਗੀ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੀ ਯਾਦ ਵਿਚ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਫਿਆਲੀ ਤੇ ਕੋਟ ਕਰਾਰ ਖਾਂ ਵਿਖੇ ਪਟੇਲਾ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਕਬੱਡੀ ਟੂਰਨਾਮੈਂਟ ਵਿਚ 6 ਕਬੱਡੀ ਕਲੱਬਾਂ ਨੇ ਭਾਗ ਲਿਆ। ਫਾਈਨਲ ਮੁਕਾਬਲਾ ਡੀਏਬੀ ਕਬੱਡੀ ਕਲੱਬ ਗਾਜ਼ੀਪੁਰ ਅਤੇ ਦੁਆਬਾ ਵਾਰੀਅਰਸ ਸੁਰਖਪੁਰ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ, ਜਿਸ ਵਿਚ ਗਾਜ਼ੀਪੁਰ ਦੀ ਟੀਮ ਨੇ 22 ਅੰਕਾਂ ਦੇ ਮੁਕਾਬਲੇ ਸਾਢੇ 24 ਅੰਕ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ। ਜੇਤੂ ਟੀਮ ਨੂੰ ਪ੍ਰਬੰਧਕਾਂ ਵੱਲੋਂ 1,00,000 ਰੁਪਏ ਅਤੇ ਉਪਜੇਤੂ ਟੀਮ ਨੂੰ 75,000 ਰੁਪਏ ਦਾ ਇਨਾਮ ਦਿੱਤਾ ਗਿਆ। ਕਬੱਡੀ ਟੂਰਨਾਮੈਂਟ ਦੌਰਾਨ ਬੰਟੀ ਟਿੱਬਾ ਬੈਸਟ ਰੇਡਰ ਅਤੇ ਯੋਧਾ ਸੁਰਖਪੁਰ ਬੈਸਟ ਜਾਫੀ ਚੁਣੇ ਗਏ ਦੋਹਾਂ ਖਿਡਾਰੀਆਂ ਨੂੰ ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ ਗਿਆ। ਪਹਿਲਾਂ ਤਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਬਹੁਤ ਹੀ ਸ਼ਲਾਘਾਯੋਗ ਕਦਮ ਸਾਡੇ ਪਿੰਡ ਦੇ ਰੇਡਰ ਰਹੇ, ਕਬੱਡੀ ਖੇਡ ਦੇ ਅੰਤਰਰਾਸ਼ਟਰੀ ਖਿਡਾਰੀ ਜੱਗਾ ਫਿਆਲੀ ਵਾਲਾ ਤੇ ਸਾਡੇ ਕਬੱਡੀ ਦੇ ਪ੍ਰਮੋਟਰ ਆ ਹਰਜਿੰਦਰ ਭਾਜੀ ਨਿਊਜ਼ੀਲੈਂਡ ਤੋਂ, ਜਿਹੜੇ ਬੇਓ ਪਲੰਟੀ ਨੂੰ ਰੀਪ੍ਰੈਜ਼ੈਂਟ ਕਰਦੇ ਆ। ਇਹਨਾਂ ਦੇ ਉਦਮ ਦਾ ਸਦਕਾ ਇਹਨਾਂ ਦਾ ਸੀਗਾ ਕਿ ਅਸੀਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਖੇਡ ਵੱਲ ਨੂੰ ਮੋੜਨਾ ਆ। ਇਹ ਸਾਡੇ ਪਿੰਡ ਦਾ ਸਭ ਤੋਂ ਪਹਿਲਾ ਕਬੱਡੀ ਦਾ ਟੂਰਨਾਮੈਂਟ ਆ ਜਿਹੜਾ ਹੋਇਆ ਆ, ਤੇ ਹਰ ਸਾਲ ਹੁਣ ਲਗਾਤਾਰ ਗੁਰੂ ਮਹਾਰਾਜ ਦੀ ਮਿਹਰ ਦੇ ਨਾਲ ਏਦਾਂ ਹੀ ਚੱਲਿਆ। ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਸਵੇਰੇ ਟੂਰਨਾਮੈਂਟ ਇੱਕ 50 ਅੰਡਰ 50 ਦੇ ਵੇਟ ਦੇ ਹੋ ਚੁੱਕੇ ਆ ਤੇ 65 ਵਰਗ ਦੇ ਵੇਟ ਦੇ ਵੀ ਟੂਰਨਾਮੈਂਟ ਹੋ ਚੁੱਕੇ ਆ ਜੀ। ਤੇ ਹੁਣ ਜਿਹੜੇ ਵੱਡੇ ਟੂਰਨਾਮੈਂਟ ਆ, 8 ਅੰਤਰਰਾਸ਼ਟਰੀ ਕਲੱਬਾਂ ਦੇ ਟੂਰਨਾਮੈਂਟ ਚੱਲਦੇ ਪਏ ਆ। ਸਾਡਾ ਨੌਜਵਾਨਾਂ ਨੂੰ ਟੂਰਨਾਮੈਂਟ ਕਰਾਉਣ ਦਾ ਇਹੀ ਸੰਦੇਸ਼ ਆ ਕਿ ਨਸ਼ਿਆਂ ਤੋਂ ਵੱਧ ਦੂਰ ਰਹੋ ਤੇ ਖੇਡ ਦੇ ਨਾਲ ਵੱਧ ਤੋਂ ਵੱਧ ਜੁੜੋ ਜੀ। ਹਾਂਜੀ, ਗੁਰੂ ਮਹਾਰਾਜ ਦਾ ਸਤਿਕਾਰ ਆ ਤਾਂ ਜੀ ਜ਼ਰੂਰ ਜਾਰੀ ਰਹਿਣਗੇ ਜੀ। ਰੰਧਾਵਾ ਆ ਤੇ ਸਾਡਾ ਮੇਨ ਮਕਸਦ ਇਹੀ ਆ ਕਿ ਜਿਹੜਾ ਆਪਣਾ ਯੂਥ ਗਲਤ ਪਾਸੇ ਜਾ ਰਿਹਾ ਆ, ਚਲੋ ਜਿੰਨੇ ਵੀ ਅਸੀਂ ਖਿਡਾਰੀਆਂ ਨੂੰ ਮੌਕਾ ਦੇ ਸਕੇ ਉਨਿਆਂ ਨੂੰ ਦਿੱਤਾ, ਤੇ ਅਗਲੀ ਵਾਰੀ ਅਸੀਂ ਹੋਰ ਵੀ ਵੱਡਾ ਕੱਪ ਕਰਾਵਾਂਗੇ ਕਿ ਹੋਰ ਵੀ ਮਤਲਬ ਆਪਣੀਆਂ ਖੇਡਾਂ ਐਡ ਕਰਾਂਗੇ। ਤੇ ਜਿਹੜੇ ਆਪਣਾ ਯੂਥ ਆ, ਛੋਟੇ ਖਿਡਾਰੀ ਆ, ਸਾਡਾ ਮੇਨ ਮੋਟਿਵ ਉਹਨਾਂ ਨੂੰ ਵੀ ਅੱਗੇ ਲੈ ਕੇ ਆਉਣਾ ਆ। ਸੋ ਅਸੀਂ ਜਿੰਨੀਆਂ ਵੀ ਟੀਮਾਂ ਕਹਿ ਸਕੇ ਉਨੀਆਂ ਕਹੀਆਂ, ਜਿੰਨਿਆਂ ਨੂੰ ਮੌਕਾ ਦੇ ਸਕੇ ਦੇ ਸਕੇ ਆ। ਤੇ ਦਿਨ ਬਹੁਤ ਛੋਟੇ ਆ, ਉਸ ਕਰਕੇ ਕਬੱਡੀ ਦੀਆਂ ਖਿਡਾਰਨਾਂ ਨੂੰ ਵੀ ਮੌਕਾ ਦਿੱਤਾ ਸੀ। ਕੋਈ ਕੈਟੇਗਰੀ ਨਹੀਂ ਛੱਡੀ ਜਿਹਨੂੰ ਅਸੀਂ ਮਤਲਬ ਬਾਹਰ ਕੱਢਿਆ ਹੋਇਆ, ਹਰੇਕ ਇੱਕ ਕੈਟੇਗਰੀ ਨੂੰ ਅਸੀਂ ਮੌਕਾ ਦਿੱਤਾ ਆ ਤਾਂ ਕਿ ਹਰੇਕ ਵਰਗ ਆਪਣਾ ਜਿਹੜਾ ਖੇਡਾਂ ਪ੍ਰਤੀ ਉਤਸ਼ਾਹਿਤ ਹੋਵੇ ਤੇ ਬਹੁਤ ਵਧੀਆ ਅੱਗੇ ਆਪਣਾ ਫਿਊਚਰ ਵੀ ਇੱਚ ਬਣਾਵੇ, ਨਾ ਕਿ ਜਿਹੜਾ ਨਸ਼ਿਆਂ ਤੋਂ ਧਿਆਨ ਹਟਾ ਕੇ ਆਪਾਂ ਜਿੰਨਾ ਕਰ ਸਕਦੇ ਹਾਂ ਇੱਧਰਲੇ ਪਾਸੇ ਕਨਵਰਟ ਕਰ ਰਹੇ ਹਾਂ। ਯਾਦਾਂ ਯੋਧਾ ਤੇ ਆਪਣੇ ਦੀਪਕ ਕਾਸ਼ੀਪੁਰ, ਮੰਨਾ ਲਾਲਪੁਰ, ਇਹ ਤੋਂ ਬਿਨਾਂ ਬਹੁਤ ਤਕੜੀਆਂ ਜਿਹੜੀਆਂ ਆਪਣੀਆਂ 6 ਦੇ 6 ਕਲੱਬਾਂ ਸਾਰੀਆਂ ਇੰਟਰਨੈਸ਼ਨਲ ਕਲੱਬਾਂ ਆ। ਜੰਗੀਆਣਾ ਹੋ ਗਈ ਆਪਣੀ, ਦੁਆਬਾ ਵਾਰੀਅਰ ਹੋ ਗਈ ਸੁਰਖਪੁਰ, ਤੇ ਆਪਣੀ ਬਾਬਾ ਚਰਨਦਾਸ ਜੀ ਹੋ ਗਈ, ਉਹ ਵੀ ਸੁਰਖਪੁਰ ਦੀ ਆਪਣੀ ਟੀਮ, ਤੇ ਗਾਜ਼ੀਪੁਰ, ਫਿਰ ਬੇ ਆਫ ਪਲੰਟੀ, ਸਾਰੀਆਂ ਟੀਮਾਂ ਆਪਣੀ ਇੰਟਰਨੈਸ਼ਨਲ ਹੈ ਜਿਹੜੀਆਂ ਕਿ ਬਹੁਤ ਵੱਡੇ ਪੱਧਰ ਤੇ ਆਪਣੇ ਇੱਥੇ ਆਉਣ ਲੱਗੀਆਂ ਆ। ਬਹੁਤ ਆਪਣਾ ਇੰਟਰਨੈਸ਼ਨਲ ਕਬੱਡੀ ਕਲੱਬ ਜਿਹੜਾ ਸਭ ਤੋਂ ਆਪਣੇ ਵਰਲਡ 'ਚ ਵੱਡਾ ਮੰਨਿਆ ਜਾਂਦਾ ਬੇ ਏਰੀਆ ਕਬੱਡੀ ਕਲੱਬ ਆਪਣਾ, ਉਹਦੇ ਨਾਲ ਹੀ ਐਸੋਸੀਏਟ ਆ। ਪਹਿਲੀ ਵਾਰੀ ਆਪਾਂ ਉਹਨਾਂ ਦਾ ਇੱਥੇ ਕਬੱਡੀ ਕਲੱਬ ਕਰਾ ਰਹੇ ਹਾਂ ਆਪਣੇ ਸੰਦੀਪ ਨੰਗਲ ਅੰਬੀਆ ਦੀ ਯਾਦ ਵਿੱਚ। ਇਹ ਸਾਰਾ ਸਫਲ ਜ਼ਿਆਦਾ ਤਾਂ NRI ਵੀਰਾਂ ਦੇ ਨਾਲ ਤੇ ਆਪਣੇ ਪਿੰਡ ਦੇ ਸਾਥ ਦੇ ਨਾਲ ਤੇ ਨਾਲ ਆਪਣਾ ਕੋਟ ਕਰਾਰਖਾ ਪਿੰਡ ਆ, ਆਪਣਾ ਭਾਈਵਾਲ ਪਿੰਡ ਆ। ਸੋ ਅਸੀਂ ਸਾਰਾ ਏਰੀਆ, ਇੱਕ ਮੇਰਾ ਵੱਡਾ ਭਰਾ ਜੱਗਾ ਫਿਆਲੀ ਜੋ ਕਿ ਸ਼ੁਰੂ ਤੋਂ ਕਬੱਡੀ ਨਾਲ ਜੁੜਿਆ ਹੋਇਆ ਆ, ਸੋ ਉਹਦੇ ਦਿਲ 'ਚ ਸ਼ੁਰੂ ਤੋਂ ਰੀਤ ਸੀਗੀ ਕਿ ਮੈਂ ਇੱਥੇ ਆ ਕੇ ਕਰਾਊਂਗਾ। 8 ਸਾਲਾਂ ਬਾਅਦ ਉਹ USA ਤੋਂ ਆਇਆ ਤੇ ਪਹਿਲੀ ਵਾਰੀ ਉਹਨੇ ਆਪਣਾ ਕਬੱਡੀ ਕੱਪ ਇੱਥੇ ਲਾਂਚ ਕੀਤਾ ਤੇ ਬੇ ਏਰੀਆ ਕਬੱਡੀ ਕਲੱਬ 'ਚ ਪਹਿਲਾਂ ਉਹ ਆਪਣੇ USA ਵਿੱਚ ਹਮੇਸ਼ਾ ਸ਼ਿਰਕਤ ਉਹਦੀ ਹੈਗੀ, ਇੱਕ ਵਧੀਆ ਉਹਦੇ ਵਿੱਚ ਪਾਰਟ ਆ ਵੀਰ, ਤੇ ਉਹਦੇ ਰਿਲੇਟਡ ਇਹਨੇ ਇੱਥੇ ਆ ਕੇ ਕਲੱਬ ਆਪਣਾ ਬਣਾਇਆ ਤੇ ਸ਼ੁਰੂ ਕੀਤਾ ਪਹਿਲਾਂ। ਹੁਣ ਹਰੇਕ ਸਾਲ ਅਸੀਂ ਇੱਕ ਕਬੱਡੀ ਕਲੱਬ ਕਰਾਵਾਂਗੇ।